ਜਰਨੈਲ ਸਿੰਘ ਜੀ। ਰਿਹਾਇਸ਼ ਕਿੱਥੇ ਤੁਹਾਡੀ? ਮੇਰੀ ਸੈਕਿੰਡ ਕਮਾਂਡੋ 'ਚ ਜੀ। ਅੱਛਾ ਜੀ, ਕੀ ਗੱਲਬਾਤ ਹੋਈ ਹੁਣ ਦੱਸੋ ਜੀ। ਸਰ ਮੇਰੇ ਨਾਲ ਜੀ ਫੋਨ 'ਤੇ ਗੱਲ ਹੋਈ ਸੀ, ਜਸਵਿੰਦਰ ਸਿੰਘ ਦਾ ਫੋਨ ਆਇਆ 5:30 ਵਜੇ ਜੀ ਮੈਨੂੰ। ਉਹ ਕੀ ਕੰਮ ਕਰਦੇ? ਉਹ ਕਾਂਸਟੇਬਲ ਹੈ ਜੀ। 36 ਬਟਾਲੀਅਨ 'ਚ? ਹਾਂਜੀ ਹਾਂਜੀ। ਅੱਛਾ ਜੀ, ਹਾਂਜੀ ਸਰ, ਠੀਕ ਹੈ ਜੀ। ਹਾਂਜੀ ਹਾਂਜੀ। ਉਹਦੇ ਬਾਅਦ 5:30 ਵਜੇ ਫੋਨ ਆਇਆ ਜੀ, 5:30 ਜੀ ਮੈਨੂੰ। ਹਾਂਜੀ। ਡਿਊਟੀ ਤੋਂ ਮੈਂ ਵਾਪਸ ਆ ਰਿਹਾ ਸੀ, ਰਸਤੇ 'ਚ ਫੋਨ ਆਇਆ ਜੀ, ਮੈਨੂੰ ਧਮਕੀ ਦਿੱਤੀ ਫੋਨ ਦੇ ਬੰਦੇ ਨੇ ਜੀ। ਕਿਸ ਗੱਲ ਦੀ ਧਮਕੀ ਦਿੱਤੀ ਸੀ? ਗੈਰਜ ਦੀ ਜੀ। ਗੈਰਜ ਨਾਲ ਖਾਲੀ ਕੀਤਾ, ਤੈਨੂੰ ਸਾਰੀ ਦੁਨੀਆ ਦੇ ਮੂਹਰੇ ਨੰਗਾ ਕਰੂੰਗਾ ਜੀ, ਨੰਗਾ ਕਰਕੇ ਕੁੱਟੂੰਗਾ ਜੀ। ਅੱਛਾ ਜੀ, ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ 6 ਵਜੇ ਆ ਕੇ ਸਾਡਾ ਬੈਕ ਸਾਈਡ ਦਾ ਦਰਵਾਜ਼ਾ ਪੌੜੀ ਵਾਲਾ ਪਹਿਲਾਂ ਤਾਂ ਉਹ ਖੜਕਾਇਆ ਜੀ। ਅੱਛਾ ਜੀ। ਜੋ ਅੰਦਰੋਂ ਮੈਂ ਜਵਾਬ ਦਿੱਤੀ ਅਤੇ ਅਚਾਨਕ ਸਾਡੇ 'ਤੇ ਹਮਲਾ ਕਰਤਾ ਜੀ ਉਹਨੇ। ਅੱਛਾ ਜੀ, ਹਾਂਜੀ। ਕੀ ਹੋਇਆ ਫਿਰ? ਉਹ ਇਕੱਲਾ ਸੀ ਸਾਡੇ ਤੋਂ, ਅਸੀਂ ਨਾ ਪਹਿਲਾਂ ਇੱਥੇ ਹਲਕੀ ਕੁੱਤੀ ਮਾਰੀ ਸੀ ਪਹਿਲਾਂ ਜੀ ਇਹਨਾਂ ਨੇ, ਬੱਚਿਆਂ ਨੇ ਰਲ ਕੇ ਜੀ। ਉਹ ਡਾਂਗਾ ਸਾਡੇ ਬਾਹਰ ਪਈਆਂ ਤੋਂ, ਉੱਥੇ ਡੰਡੇ ਸੀ। ਹਾਂਜੀ, ਡੰਡੇ ਨਾਲ ਵਾਰ ਕੀਤੇ ਜੀ ਸਾਡੇ ਸਾਰੇ ਟੱਬਰ 'ਤੇ ਜੀ। ਸਰ ਉਹਦੀ ਡਰਿੰਕ ਕੀਤੀ ਹੋਈ ਸੀ, ਅਸੀਂ ਸਰ ਕਹਿ ਸੀ ਮਿਲਾਇਆ ਮੈਨੂੰ ਤਾਂ ਮਿਲਾਇਆ ਕਰੋ, ਕਿਸੇ ਨੇ ਸਰ ਮਿਲਾਇਆ ਨਹੀਂ, ਕਰਾਇਆ ਕਿਸੇ ਨੇ ਨਹੀਂ ਸੁਣੀ ਸਰ। ਅਤੇ ਤੁਸੀਂ ਕੋਈ ਕੰਪਲੇਂਟ ਕੀਤੀ ਇਹਦੀ? ਹਾਂਜੀ, ਕਰੀ ਹੈ ਜੀ। ਕਿੱਥੇ ਕੰਪਲੇਂਟ ਕੀਤੀ? ਬਹਾਦਰਗੜ੍ਹ ਚੌਂਕੀ 'ਚ। ਠੀਕ ਹੈ, ਕੀ ਕਹਿੰਦੇ ਜੀ ਫਿਰ ਉਹਨਾਂ ਦਾ? ਉਹ ਕਹਿੰਦੇ ਤੇਰੀ, ਕਹਿੰਦੇ ਹਲੇ ਰਿਪੋਰਟ ਆਈ ਨਹੀਂ ਹੈਗੀ, ਇਹਨਾਂ ਦੀ ਪਹਿਲਾਂ ਆ ਗਈ ਜੀ। ਕਿਸ ਚੀਜ਼ ਦੀ ਰਿਪੋਰਟ ਆਉਣੀ ਸੀ? ਜਿਹੜੀ ਸੱਟਾਂ ਵੱਜੀਆਂ ਨੇ ਜੀ ਮੇਰੇ, ਸੱਟਾਂ ਵੱਜੀਆਂ? ਹਾਂਜੀ, ਆਹ ਦੇਖੋ ਜੀ, MLR ਮੇਰੀ ਕੱਟੀ ਹੋਈ ਹੈ ਜੀ, ਆਹ ਨਿਸ਼ਾਨ ਨੇ ਜੀ। ਅੱਛਾ, ਹਾਂਜੀ। ਕਿੰਨੇ ਪਰਿਵਾਰ ਮੈਂਬਰ ਹੋ ਤੁਸੀਂ? 4 ਜਣੇ ਜੀ। ਤੁਹਾਡੇ ਘਰ ਪਰਿਵਾਰ ਵਿੱਚ ਵੀ ਕਿਸੇ ਨੂੰ ਸੱਟਾਂ ਲੱਗੀਆਂ ਨੇ? ਹਾਂਜੀ, ਬੱਚਿਆਂ ਨੂੰ ਲੱਗੀਆਂ ਨੇ, ਘਰ ਵਾਲੀ ਲੱਗੀਆਂ ਨੇ। ਹਾਂਜੀ, ਕੀ ਨਾਮ ਹੈ ਤੁਹਾਡਾ? ਸਰਬਜੀਤ ਕੌਰ ਜੀ। ਕੀ ਗੱਲਬਾਤ ਹੋਈ ਸੀ ਜੀ? ਬਸ ਮੇਰੇ ਹਸਬੈਂਡ ਘਰੋਂ ਡਿਊਟੀ ਤੋਂ ਆ ਕੇ ਚਾਹ ਪੀਣ ਲੱਗੇ ਸੀ ਜੀ, ਪਹਿਲਾਂ ਇਹਨੂੰ ਧਮਕੀ ਦਿੱਤੀ, ਆ ਕੇ ਪੌੜੀਆਂ ਨੇ ਦਰਵਾਜ਼ਾ ਖੜਕਾਉਣ ਲੱਗ ਗਏ, ਜਦੋਂ ਇਹਨਾਂ ਨੂੰ ਗਾਲ ਵੀ ਕੱਢੀ ਅਤੇ ਜਦੋਂ ਇਹ ਬਾਹਰ ਗਏ ਤਾਂ ਇਹਨਾਂ ਨੂੰ ਕੁੱਟਣ ਵੰਡ ਗਏ। ਮੈਂ ਵੀ ਫਿਰ, ਜਨਾਨੀ ਕਿਹੜੀ ਦੇਖੋਗੀ ਵੀਰ ਜੀ, ਫਿਰ ਮੈਨੂੰ ਵੀ ਸਿੱਟ ਲਿਆ। ਤੁਸੀਂ ਦੱਸੋ ਵੀ ਲੇਡੀਜ਼ 'ਤੇ ਕਿਹਦਾ ਹੱਥ ਪੈਂਦਾ ਜੈਂਟਸ ਦਾ ਚੱਕਣ ਦਾ? ਸਾਡੇ ਨਾਲ ਬੇਇਨਸਾਫੀ ਹੋਈ ਸਰ। ਮੈਂ ਫਿਰ ਮੇਰੇ ਬੱਚੇ ਲੱਗੇ ਛੁਡਾਉਣ, ਬੱਚਿਆਂ ਨੂੰ ਵੀ ਬਹੁਤ ਕੁੱਟਿਆ ਜੀ। ਇੱਕ ਮੇਰਾ ਟੋਪਸ ਗਿਰ ਗਿਆ ਜੀ, 2 ਗ੍ਰਾਮ ਦਾ। ਅਤੇ ਹੁਣ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ? ਪੁਲਿਸ ਵਾਲੇ ਤਾਂ ਅੱਜ ਕੱਲ੍ਹ ਝੂਠ ਦੀ ਦੁਨੀਆ ਜੀ ਸਾਰੀ। ਕੋਈ ਕੰਪਲੇਂਟ ਕੀਤੀ? ਕੋਈ ਕਾਰਵਾਈ ਨਹੀਂ ਹੋਈ ਜੀ, ਸਾਰੀ ਦੁਨੀਆ ਨੇ ਦੇਖਿਆ। 3 ਘਰ ਸਾਨੂੰ ਕਹਿੰਦੇ ਸੀ ਜਦੋਂ ਪੁਲਿਸ ਵਾਲੇ ਆਏ ਸੀ, ਉਦੋਂ ਉਹਦੇ ਘਰ ਵਾਲੀ ਦੇ ਕੋਈ ਸੱਟ ਨਹੀਂ ਸੀ ਹੱਥ 'ਤੇ, ਦੂਜੇ ਦਿਨ ਉਹ ਹੱਥ ਵੱਢ ਕੇ ਲੈ ਗਏ, ਕਹਿੰਦੇ ਚਾਕੂ ਮਾਰਿਆ ਜੀ। ਸ਼ੀਸ਼ਾ ਫਿਰ ਸਾਨੂੰ ਕਹਿੰਦੇ ਗੱਡੀ ਦਾ ਸ਼ੀਸ਼ਾ ਟੁੱਟਿਆ, ਸ਼ੀਸ਼ਾ ਲੜਾਈ 'ਚ ਟੁੱਟਿਆ, ਉਦੋਂ ਲੜਾਈ ਝਗੜੇ 'ਚ। ਤੁਸੀਂ ਕੀ ਮੰਗ ਚਾਹੁੰਦੇ ਹੋ? ਅਸੀਂ ਤਾਂ ਇਹੀ ਮੰਗ ਚਾਹੁੰਦੇ ਹਾਂ ਵੀ ਇਨਸਾਫ਼ ਮਿਲੇ ਸਾਨੂੰ, ਅਤੇ ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਵੇ। ਹਾਂਜੀ, ਕੀ ਨਾਮ ਹੈ ਤੁਹਾਡਾ? ਸੁਖਮੀਤ ਸਿੰਘ। ਅੱਛਾ, ਕੀ ਗੱਲਬਾਤ ਹੋਈ ਸੀ? ਇਹ ਕਰਨ ਲੱਗਿਆ ਸੀ, ਇਹ ਮੇਰੇ ਪਾਪਾ ਨੂੰ ਧਮਕੀ ਦੇਣ ਲੱਗਿਆ ਸੀ, ਕੁੱਟਣ ਲੱਗ ਗਿਆ ਸੀ ਆ ਕੇ ਇਹ। ਕਿਹਨੂੰ? ਤੁਹਾਨੂੰ ਕਿ ਮੇਰੇ ਪਾਪਾ ਨੂੰ? ਅੱਛਾ ਜੀ, ਫਿਰ ਉਸ ਤੋਂ ਬਾਅਦ ਅਸੀਂ ਜਦ ਛੜਾਉਣ ਲੱਗੇ ਸਾਡੇ ਮਾਰੇ ਵਿੱਚ ਹੀ। ਅੱਛਾ, ਕਾਫੀ ਸੱਟ ਲੱਗੇ? ਹਾਂਜੀ, ਸਾਡੇ ਵਿਹੜੇ 'ਚ ਗੱਡੀ ਸਾਡੇ ਇੱਧਰ ਲਾਈ ਹੋਈ ਸੀਗੀ, ਸਾਡੇ ਵਾਲੀ ਸਾਈਡ ਵਿਹੜੇ 'ਚ।